ਅੰਗਰੇਜ਼ ਵਿਦਵਾਨ ਬੈਟਰ ਰਸਲ ਸਿੱਖਾਂ ਨੂੰ ਕਿਸ ਗੱਲ ਦਾ ਦੋਸ਼ੀ ਮੰਨਦਾ ਹੈ? ਬੈਟਰ ਰਸਲ, ਜਿਸ ਨੂੰ ਪੰਜਾਬੀ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਈਜ਼ ਮਿਲਿਆ ਹੈ, ਇੱਕ ਵਾਰ ਆਪਣੇ ਚੱਲਦੇ ਇੰਟਰਵਿਊ ਵਿੱਚ ਕਿਹਾ ਸੀ ਕਿ ਹੁਣ ਜਦੋਂ ਤੀਜਾ ਸੰਸਾਰ ਯੁੱਧ ਯਾਨੀ ਕਿ ਥਰਡ ਵਰਲਡ ਵਾਰ ਲੱਗੂਗੀ ਤਾਂ ਉਸ ਵਿੱਚ ਬਹੁਤ ਸਾਰੀ ਦੁਨੀਆ ਖਤਮ ਹੋ ਜਾਵੇਗੀ ਕਿਉਂਕਿ ਇਹ ਜੰਗ ਨਿਊਕਲੀਅਰ ਵੈਪਨਾਂ ਨਾਲ ਹੋਵੇਗੀ, ਪਰ ਫਿਰ ਵੀ ਜੋ ਲੋਕ ਬਚ ਜਾਣਗੇ ਉਹਨਾਂ ਦੀ ਪੈਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ। ਤਾਂ ਫਿਰ ਉਸ ਨੂੰ ਅੱਗੋਂ ਸਵਾਲ ਕੀਤਾ ਗਿਆ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੀ ਅਗਵਾਈ ਕਿਉਂ ਨਹੀਂ ਕਰਦੇ? ਤਾਂ ਬੈਟਰ ਰਸਲ ਕਹਿਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੀ ਅਗਵਾਈ ਤਾਂ ਹੁਣ ਵੀ ਕਰ ਸਕਦੇ ਨੇ, ਪਰ ਜੇਕਰ ਇਹ ਨਹੀਂ ਹੋ ਰਿਹਾ ਤਾਂ ਇਸ ਦੇ ਜ਼ਿੰਮੇਵਾਰ ਮੁੱਖ ਦੋਸ਼ੀ ਸਿੱਖ ਆਪ ਹਨ, ਕਿਉਂਕਿ ਉਹ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਤੇ ਉਹਨਾਂ ਦੀ ਬਾਣੀ ਬਾਰੇ ਦੱਸ ਨਹੀਂ ਸਕੇ। ਉਹ ਕਹਿੰਦਾ ਹੈ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ਼ ਆਪਣਾ ਹੀ ਗੁਰੂ ਮੰਨ ਲਿਆ ਹੈ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ। ਉਹ ਨਾ ਤਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਸਕੇ ਤੇ ਨਾ ਹੀ ਲੋਕਾਂ ਨੂੰ ਦੱਸ ਸਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਗਿਆਨ ਦਾ ਕਿੱਡਾ ਵੱਡਾ ਸੋਮਾ ਸਾਂਭ ਕੇ ਬੈਠੇ ਹਨ। ਅੰਗਰੇਜ਼ ਵਿਦਵਾਨ ਬੈਟਰ ਰਸਲ ਸਿੱਖਾਂ ਨੂੰ ਕਿਸ ਗੱਲ ਦਾ ਦੋਸ਼ੀ ਮੰਨਦਾ ਹੈ? ਬੈਟਰ ਰਸਲ, ਜਿਸ ਨੂੰ ਪੰਜਾਬੀ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਈਜ਼ ਮਿਲਿਆ ਹੈ, ਇੱਕ ਵਾਰ ਆਪਣੇ ਚੱਲਦੇ ਇੰਟਰਵਿਊ 'ਚ ਕਿਹਾ ਸੀ ਕਿ ਹੁਣ ਜਦੋਂ ਤੀਜਾ ਸੰਸਾਰ ਯੁੱਧ ਯਾਨੀ ਕਿ ਥਰਡ ਵਰਲਡ ਵਾਰ ਲੱਗੂਗੀ ਤਾਂ ਉਸ ਵਿੱਚ ਬਹੁਤ ਸਾਰੀ ਦੁਨੀਆ ਖਤਮ ਹੋ ਜਾਵੇਗੀ ਕਿਉਂਕਿ ਇਹ ਜੰਗ ਨਿਊਕਲੀਅਰ ਵੈਪਨਾਂ ਨਾਲ ਹੋਵੇਗੀ, ਪਰ ਫਿਰ ਵੀ ਜੋ ਲੋਕ ਬਚ ਜਾਣਗੇ ਉਹਨਾਂ ਦੀ ਪੈਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ। ਤਾਂ ਫਿਰ ਉਸ ਨੂੰ ਅੱਗੋਂ ਸਵਾਲ ਕੀਤਾ ਗਿਆ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੀ ਅਗਵਾਈ ਕਿਉਂ ਨਹੀਂ ਕਰਦੇ? ਤਾਂ ਬੈਟਰ ਰਸਲ ਕਹਿਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੀ ਅਗਵਾਈ ਤਾਂ ਹੁਣ ਵੀ ਕਰ ਸਕਦੇ ਨੇ, ਪਰ ਜੇਕਰ ਇਹ ਨਹੀਂ ਹੋ ਰਿਹਾ ਤਾਂ ਇਸ ਦੇ ਜ਼ਿੰਮੇਵਾਰ ਮੁੱਖ ਦੋਸ਼ੀ ਸਿੱਖ ਆਪ ਹਨ, ਕਿਉਂਕਿ ਉਹ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਤੇ ਉਹਨਾਂ ਦੀ ਬਾਣੀ ਬਾਰੇ ਦੱਸ ਨਹੀਂ ਸਕੇ। ਉਹ ਕਹਿੰਦਾ ਹੈ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ਼ ਆਪਣਾ ਹੀ ਗੁਰੂ ਮੰਨ ਲਿਆ ਹੈ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ। ਉਹ ਨਾ ਤਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਸਕੇ ਤੇ ਨਾ ਹੀ ਲੋਕਾਂ ਨੂੰ ਦੱਸ ਸਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਗਿਆਨ ਦਾ ਕਿੱਡਾ ਵੱਡਾ ਸੋਮਾ ਸਾਂਭ ਕੇ ਬੈਠੇ ਹਨ।